ਸਾਹਿਬ ਜੀ ਤੁਸੀਂ ਦੇਖ ਰਹੇ ਹੋ ਗੁਰੂ ਨਾਨਕ ਸੋਲਰ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਈਬ੍ਰਿਡ ਦੀ ਹੋਈ ਸਾਈਡ ਇਹ ਜਿਹੜੀ ਸਾਈਡ ਹੈਗੀ ਆ ਆਪਾਂ ਇਹ ਪਿੰਡ ਰਾਮਪੁਰ ਅੰਮ੍ਰਿਤਸਰ ਵਿਖੇ ਲਗਾਈ ਹੋਈ ਹੈ ਔਰ ਇਹ ਜਿਹੜਾ ਸਾਈਡ ਹੈਗੀ ਆ ਇਹ ਹਾਈਬ੍ਰਿਡ ਇਨਵਰਟਰ ਦੇ ਨਾਲ ਹੈ ਔਰ ਇਹਦੇ ਤੇ ਜਿਹੜਾ ਪੈਨਲ ਯੂਜ਼ ਕਰ ਰਹੇ ਆ ਇਹ ਮੋਨੋਪਰਕ ਪੈਨਲ ਹੈ ਕਿਹੜੀ ਕੰਪਨੀ ਦਾ ਪੈਨਲ ਹੈ ਅੱਗੇ ਤੁਹਾਨੂੰ ਦਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ ਔਰ ਇਹ ਜਿਹੜੇ ਪੈਨਲ ਹੈ ਛੱਤ ਦੇ ਉੱਪਰ ਚੜਾਈ ਜਾ ਰਹੇ ਨੇ ਇਹ ਦੋ ਮੰਜ਼ਲੀ ਬਿਲਡਿੰਗ ਹੈ ਜਿਹਦੇ ਉੱਤੇ ਆਪਾਂ ਇਹ ਪੈਨਲ ਚੜਾ ਰਹੇ ਹਾਂ ਔਰ ਅੰਦਰੋਂ ਦੀ ਹੀ ਕੋਠੀ ਦੇ ਵਿੱਚੋਂ ਦੀ ਇਹ ਜਗ੍ਹਾ ਸਿਗੀ ਔਰ ਉਹਨਾਂ ਦੀ ਅੰਦਰ ਜਿਹੜੇ ਆ ਪੈਨਲ ਲੈ ਕੇ ਜਾ ਰਹੇ ਆ ਛੱਤ ਦੇ ਉੱਪਰ ਪੈਨਲ ਆ ਰਹੇ ਨੇ ਔਰ ਇਹ ਪੈਨਲ ਜਿਹੜੇ ਆ ਸਟਰਕਚਰ ਆਪਾਂ ਪਹਿਲਾਂ ਤੋਂ ਫਿਟ ਕਰ ਚੁੱਕੇ ਆ ਔਰ ਅੱਜ ਇੱਥੇ ਜਿਹੜਾ ਇਨਵਰਟਰ ਔਰ ਪੈਨਲ ਦੀ ਇੰਸਟਾਲੇਸ਼ਨ ਹੋਣੀ ਹੈ। ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਆਪਾਂ ਛੱਦੇ ਉੱਤੇ ਜਿਹੜੇ ਆ ਪੈਨਲ ਲੈ ਕੇ ਜਾ ਰਹੇ ਹਾਂ। ਇਹ ਕਾਫੀ ਹਾਈਟ ਹੈਗੀ ਹੈ ਬਿਲਡਿੰਗ ਦੀ। ਔਰ ਇੱਥੇ ਜਿਹੜਾ ਇਨਵਰਟਰ ਲਗਾ ਰਹੇ ਹਾਂ ਹਾਈਬ੍ਰਿਡ ਜਿਦਾ ਤੁਹਾਨੂੰ ਮੈਂ ਪਹਿਲਾਂ ਦੱਸਿਆ। ਇਹ ਸੈਲਿਕਰੋਨਿਕ ਦਾ ਹਾਈਬ੍ਰਿਡ ਇਨਵਰਟਰ ਹੈ ਔਰ ਇਹ ਉਹਦਾ AC DC ਬਾਕਸ ਹੈ। ਕੰਪਨੀ ਨੇ ਕਾਫੀ ਮਾਡਲ ਨੂੰ ਇੰਪਰੂਵ ਕੀਤਾ ਹੈ ਔਰ ਇਹ ਜਿਹੜਾ ਸੀਗਾ ਪਹਿਲਾਂ ਲੋਹੇ ਦਾ ਬਾਕਸ ਆਂਦਾ ਹੁੰਦਾ ਸੀਗਾ। ਇਹ ਪੋਲੀਕਾਰਬੋਨੇਟ ਦਾ ਇਹ ਬਾਕਸ ਜਿਹੜਾ ਹੈ ਇਹ ਤਾਂ ਹੁਣ ਕੰਪਨੀ ਨੇ ਇਹ ਉਹਦਾ ਜਿਹੜੇ MC4 ਕਨੈਕਟਰ ਲੱਗਾ ਹੋਇਆ ਔਰ ਉਹਦੇ ਨਾਲ ਫਾਈਪ ਇਨ ਕਨੈਕਟਰ ਹੈ ਜਿਹਦੇ ਨਾਲ ਇਨਵਰਟਰ ਦੇ ਜਿਹੜੇ ਆ ਉਹ ਕਨੈਕਸ਼ਨ ਹੁੰਦੇ ਆ ਇਹਦਾ AC DB ਔਰ DC DB ਦੋਨੇ ਕੰਬਾਈਨ ਬਾਕਸ ਆਂਦਾ ਹੈ ਹਾਈਬ੍ਰਿਡ ਦੇ ਜਿਹੜਾ ਇਹ ਕੰਪਨੀ ਵੱਲੋਂ ਹੀ ਪਿੱਛੋਂ ਭੇਜਿਆ ਜਾਂਦਾ ਹੈ ਜਿਹਦੇ ਵਿੱਚ ਸਾਰੇ ਸੇਫਟੀ ਫੀਚਰ ਐਸਪੀਡੀ ਫਿਊਜ਼ MCB ਸਾਰੇ ਹੀ ਪਿੱਛੋਂ ਲੱਗ ਕੇ ਜਿਹੜੇ ਆ ਉਹ ਆਂਦੇ ਆ ਇਹ ਉਹ ਇਨਵਰਟਰ ਹੈ ਜਿੱਦੀ ਆਪਾਂ ਗੱਲ ਕਰ ਰਹੇ ਆ ਹਾਈਬ੍ਰਿਡ ਇਨਵਰਟਰ ਦੀ ਇਹ ਸੈਲਕ੍ਰੋਨਿਕ ਦਾ 5 ਕਿਲੋਵਾਟ ਦਾ αV3 ਮਾਡਲ ਹੈ 48V ਦੇ ਵਿੱਚ ਜਿਹਦੀ ਅਨਬਾਕਸਿੰਗ ਤੁਸੀਂ ਦੇਖ ਰਹੇ ਹੋ ਇਹ ਸਾਰਾ ਹੀ ਪਿੱਛੋਂ ਹੀ ਕੰਪਨੀ ਵੱਲੋਂ ਬਿਲਕੁਲ ਇਹਨੂੰ ਰੈਡੀ ਕਰਕੇ ਭੇਜਿਆ ਜਾਂਦਾ ਹੈ ਇਹਦੇ ਵਿੱਚ 5 ਪਿਨ ਕਨੈਕਟਰ ਵੀ ਇੰਸਟਾਲ ਕੀਤਾ ਹੋਇਆ ਜਾਂਦਾ ਔਰ MC4 ਕਨੈਕਟਰ ਜਿਹੜਾ ਇਹਦਾ ਦੋਨੋਂ ਸਾਈਡ ਤੇ ਜਿਹੜੇ ਆ ਕਨੈਕਟ ਕਰਕੇ ਭੇਜੇ ਜਾਂਦੀ ਹੈ ਕਿ ਕੋਈ ਵੀ ਇਹਨੂੰ ਈਜ਼ੀ ਜਿਹੜਾ ਵਾ ਖੁਦ ਲਗਾ ਸਕੇ ਕੰਪਨੀ ਨੇ ਦੇ ਲਈ ਬਹੁਤ ਵਧੀਆ ਪ੍ਰੋਸੀਜਰ ਦੇ ਨਾਲ ਇਹਨੂੰ ਪੂਰਾ ਫਿੱਟ ਕਰਕੇ ਭੇਜਿਆ ਜਾਂਦਾ ਹੈ ਇਹ ਇਹਦੇ ਨਾਲ ਜਿਹੜੀ ਐਕਸੈਸਰੀਜ਼ ਆਉਂਦੀਆਂ ਨਾਲ ਨੇ ਤਿੰਨ ਇਹਦੇ ਨਾਲ ਬੈਟਰੀ ਲੀਡਾਂ ਆਉਂਦੀਆਂ ਨੇ ਇੱਕ ਡਾਟਾ ਕੇਬਲ ਔਰ ਇੱਕ ਕਮਿਊਨੀਕੇਸ਼ਨ ਕੇਬਲ ਔਰ ਨਾਲ ਇਹਦੀ ਸੀ ਡੀਜ਼ ਸੌਫਟਵੇਅਰ ਦੀ ਔਰ ਇਹਨੂੰ ਜਿਹੜਾ ਕਿ ਤੁਸੀਂ ਆਪਣੇ ਲੈਪਟਾਪ ਦੇ ਵਿੱਚ ਜਾਂ ਕਿਸੇ ਵੀ ਪੀਸੀ ਦੇ ਵਿੱਚ ਮੋਨੀਟਰ ਕਰ ਸਕਦੇ ਹੋ ਔਰ ਇਸ ਦੀਵਾਰ ਦੇ ਉੱਤੇ ਜਿਹੜਾ ਆਪਾਂ ਇਹਨੂੰ ਮਾਉਂਟ ਕਰਨਾ ਹੈ ਇਹ ਜਿਹੜੀ ਉਹਦੀ ਵਾਇਰਿੰਗ ਆ ਆਪਾਂ ਪਹਿਲਾਂ ਤੋਂ ਕਰ ਚੁੱਕੇ ਆ ਇਹ ਜਿਹੜੀ ਵਾਇਰਿੰਗ ਹੈਗੀ ਐ ਇਨਪੁਟ ਆਉਟਪੁਟ ਔਰ ਸੋਲਰ ਵਾਇਰ ਇਹ ਸਾਰੀਆਂ ਹੀ ਆਪਾਂ ਕਰ ਚੁੱਕੇ ਆ ਜਿਹੜੇ ਪੈਨਲ ਤੁਸੀਂ ਦੇਖੇ ਸੀ ਆਪਾਂ ਛੱਤ ਤੇ ਚੜਾਏ ਸੀਗੇ ਉਹਦੀ ਫਿਟਿੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ ਔਰ ਇਹ ਬ੍ਰਾਂਡ ਨੇਮ ਹੈ ਰੈਨਿਸਿਸ ਦਾ ਇਹ ਜਿਹੜਾ ਪੈਨਲ ਮੋਨੋਪਰਕ ਆਪਾਂ ਲਗਾ ਰਹੇ ਆ ਜੋ ਰੈਨਿਸਿਸ ਦਾ ਲਗਾ ਰਹੇ ਆ ਪੈਨਲ ਦੀ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੈ ਇਹਦੇ ਵਿੱਚ ਔਰ ਆਪਾਂ ਫਸਟ ਟਾਈਮ ਇਹਨੂੰ ਯੂਜ਼ ਕਰ ਰਹੇ ਆ ਆਪਣੀ ਸਾਈਡ ਦੇ ਉੱਤੇ ਕੁਆਲਿਟੀ ਵਾਈਜ਼ ਆਪਾਂ ਇਹਦਾ ਪਹਿਲਾਂ ਇਹਨੂੰ ਟੈਸਟਿੰਗ ਕਰ ਚੁੱਕੇ ਆ ਇਹਦੀ ਕੁਆਲਿਟੀ ਦੇਖ ਚੁੱਕੇ ਆ ਜਿੱਦਾਂ ਕਿ ਆਪਾਂ ਪਹਿਲਾਂ ਅਡਾਨੀ ਦੇ ਨਾਲ ਤੁਹਾਡੀ ਵੀਡੀਓ ਦਿਖਾਈ ਸੀਗੀ ਆਪਣੀ ਲਾਸਟ ਵੀਡੀਓ ਦੇ ਵਿੱਚ ਸਾਡੇ ਕੋਲ ਅਡਾਨੀਜ਼ ਦੀਆਂ ਵੀਡੀਓ ਹੈਗੀਆਂ ਵਾਰੀ ਦੀਆਂ ਹੈਗੀਆਂ ਔਰ ਰੈਨੂਸਿਸ ਦੇ ਨਾਲ ਪਹਿਲੀ ਵਾਰ ਆਪਾਂ ਇਹ ਕੰਮ ਕਰ ਰਹੇ ਆ ਔਰ ਪੈਨਲ ਦੀ ਕੁਆਲਿਟੀ ਮੈਨੂੰ ਬਹੁਤ ਵਧੀਆ ਲੱਗੀ ਆਦਰ ਦੈਨ ਬਾਕੀ ਪੈਨਲ ਦੇ ਮੁਕਾਬਲੇ ਵੀ ਅਗਰ ਆਪਾਂ ਮਾਰਕੀਟ ਦਾ ਸਕੋਪ ਦੇਖਦੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਰੈਨਿਸਿਸ ਵੀ ਇੱਕ ਟਾਪ ਬ੍ਰਾਂਡ ਦੇ ਵਿੱਚ ਜਿਹੜੀ ਹੈ ਸਾਹਮਣੇ ਆਏਗੀ। ਹਾਲਾਂਕਿ ਬਹੁਤ ਸਾਰੇ ਮੈਗਾਵਾਟ ਪ੍ਰੋਜੈਕਟ ਦੇ ਵਿੱਚ ਰੈਨਿਸਿਸ ਜਿਹੜੇ ਆਪਣੇ ਪ੍ਰੋਜੈਕਟ ਲਗਾ ਰਹੇ ਆ। ਇਹ ਅਡਾਨੀ ਤੋਂ ਬਾਅਦ ਦੂਸਰੀ ਐਸੀ ਕੰਪਨੀ ਹੈ ਜਿਹੜਾ ਆਪਣਾ ਸੈੱਲ ਖੁਦ ਤਿਆਰ ਕਰਦੀ ਹੈ। ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਡਾਨੀ ਜਿਹੜਾ ਵਾ ਆਪਣਾ ਜਿਹੜਾ ਸੈੱਲ ਹੈਗਾ ਵਾ ਸੋਲਰ ਸੈੱਲ ਉਹ ਖੁਦ ਤਿਆਰ ਕਰਦੇ ਨੇ। ਉਹ ਰੈਨਿਸਿਸ ਵੀ ਆਪਣਾ ਸੈੱਲ ਖੁਦ ਤਿਆਰ ਕਰਦੀ ਹੈ ਆਪਣੇ ਪਲਾਂਟ ਦੇ ਵਿੱਚ। ਔਰ ਇਹਨਾਂ ਦੇ ਜਿਹੜੇ ਪਲਾਂਟ ਹੈਗੇ ਆ ਯੂਨਿਟ ਹੈਗੀ ਆ ਜਿੱਥੇ ਕਿ ਸੋਲਰ ਮੈਨੂਫੈਕਚਰਿੰਗ ਹੁੰਦੀ ਆ ਉੱਚ ਬਿਹਤਰੀਨ ਰੋਬੋਟਸ ਜਿਹੜੇ ਆ ਲਗਾ ਕੇ ਔਰ ਬਹੁਤ ਅੱਛੀ ਟੈਕਨੋਲੋਜੀ ਦਾ ਯੂਜ਼ ਕੀਤਾ ਜਾ ਰਿਹਾ ਹੁਣ ਤੱਕ ਦੀ ਸਭ ਤੋਂ ਐਡਵਾਂਸ ਟੈਕਨੋਲੋਜੀ ਦੇ ਨਾਲ ਹੀ ਜਿਹੜੇ ਆ ਰੈਂਸਿਸ ਦੇ ਪੈਨਲ ਤਿਆਰ ਹੁੰਦੇ ਆ ਔਰ ਇਹ ਤੁਸੀਂ ਦੇਖ ਰਹੇ ਹੋ ਇਨਵਰਟਰ ਦੀ ਜਿਹੜੀ ਆ ਆਪਾਂ ਫਿਟਿੰਗ ਸ਼ੁਰੂ ਕਰ ਚੁੱਕੇ ਹਾਂ ਇਨਵਰਟਰ ਨੂੰ ਮਾਉਂਟ ਕਰ ਰਹੇ ਹਾਂ ਛਾਤੀ ਔਰ ਉਹਦਾ AC DB ਔਰ DC DB ਦੇ ਨਿਸ਼ਾਨ ਲੱਗੇ ਹੋਏ ਨੇ ਔਰ ACDB DCDB ਇੰਸਟਾਲ ਕਰਨ ਵਾਸਤੇ ਹੋਲ ਕੀਤੇ ਜਾ ਰਹੇ ਨੇ ਔਰ ਪੈਨਲ ਦੀ ਗੱਲ ਕਰ ਰਹੇ ਸੀਗੇ ਆਪਾਂ ਪੈਨਲ ਦੀ ਕੁਆਲਿਟੀ ਮੈਨੂੰ ਬਹੁਤ ਵਧੀਆ ਲੱਗੀ ਹੈ ਜਿਹੜੀ ਹੈਗੀ ਆ ਰੈਨਸਿਸ ਦੀ ਔਰ ਇਹ ਬਿਲਕੁਲ ਸਟਰਕਚਰ ਜਿਹੜਾ ਸੀਗਾ ਉਹ ਪਹਿਲਾਂ ਤੋਂ ਲੱਗਾ ਹੋਇਆ ਸੀ ਔਰ ਪੈਨਲ ਦਾ ਦੇ ਸਾਹਮਣੇ ਅੱਜ ਆਪਾਂ ਤੇ ਲਗਾਏ ਨੇ ਔਰ ਪੂਰੇ ਪੈਨਲ ਜਿਹੜੇ ਹੈ 14 ਪੈਨਲ ਆਪਾਂ ਲਗਾਏ ਤੇ 390 ਵਾਟ ਦਾ ਇਹ ਇੱਕ ਮੋਡਿਊਲ ਹੈਗਾ ਔਰ ਟੋਟਲ ਜਿਹੜੇ ਹੈ ਇਥੇ ਆਪਾਂ 14 ਮੋਡਿਊਲ ਲਗਾਏ ਨੇ ਪੈਨਲ ਔਰ ਸਟਰਕਚਰ ਜਿਹੜਾ ਵਾ ਉਹ ਬਿਲਕੁਲ ਰੈਡੀ ਹੈ ਵਾਇਰਿੰਗ ਹੋ ਚੁੱਕੀ ਹੈ ਤੁਸੀਂ ਦੇਖੋਗੇ ਕੰਪਲੀਟ ਵਾਇਰਿੰਗ ਦਾ ਕਿ ਜਿਹੜਾ ਹੈ ਪੂਰਾ ਦਿਖਾ ਰਹੇ ਆਂ ਆਪਾਂ ਤੁਹਾਨੂੰ ਔਰ ਇਹਦੇ ਨਾਲ 2 ਇਨ 1 ਕਨੈਕਟਰ ਲਗਾ ਹੋਇਆ ਹੈ ਇਥੇ ਕਿਉਂਕਿ ਇਹ ਸਿੰਗਲ MPPT ਇਨਵਰਟਰ ਹੈਗਾ ਔਰ ਇਹ ਦੀ ਜਿਹੜੀ ਹੈ ਸਟਿੰਗ ਜਿਹੜੀ ਆਪਾਂ ਇਥੋਂ ਬਣਾ ਕੇ ਕੱਢਦੇ ਆਂ ਇਹਦੇ ਲਈ ਜਿਹੜੀ DC ਵਾਇਰ ਯੂਜ਼ ਕੀਤੀ ਗਈ ਹੈ 6mm DC ਵਾਇਰ ਯੂਜ਼ ਕੀਤੀ ਗਈ ਹੈ ਇਹਦੇ ਨਾਲ ਔਰ ਪੂਰੀ ਸਟਿੰਗਾ ਬਣਾ ਕੇ ਇਹਨੂੰ ਅੱਗੇ ਆਪਾਂ ਥਰੂ ਵਾਇਰਿੰਗ ਇਨਵਰਟਰ ਤੱਕ ਵਾਇਰਿੰਗ ਪਹਿਲਾਂ ਤੁਸੀਂ ਕਰ ਚੁੱਕੇ ਆ। ਔਰ ਸਟਰਕਚਰ ਤੁਸੀਂ ਦੇਖ ਰਹੇ ਹੋ ਥੋੜਾ ਹਾਈਟ ਦੇ ਵਿੱਚ ਹੈਗਾ ਕਿਉਂਕਿ ਸਟਰਕਚਰ ਦੇ ਬਿਲਕੁਲ ਸਾਹਮਣੀ ਸਾਈਡ ਦੇ ਉੱਤੇ ਇੱਕ ਮੌਂਟੀ ਕਹਿ ਲਈਏ ਆਪਾਂ ਉਹਨੂੰ ਮੌਂਟੀ ਹੈ ਜਿਹਦੇ ਕਰਕੇ ਉਹਦੀ ਸ਼ੈਡੋ ਦਾ ਅਨਲਿਸਿਸ ਕੀਤਾ ਸੀਗਾ ਔਰ ਉਸ ਕਰਕੇ ਸਾਨੂੰ ਸਟਰਕਚਰ ਦੀ ਹਾਈਟ ਦੇਣੀ ਪਈ ਕਿ ਸ਼ੈਡੋ ਜਿਹੜੀ ਹੈ ਉਹ ਸਾਡੇ ਸਟਰਕਚਰ ਦੇ ਉੱਪਰ ਸਾਡੇ ਪੈਨਲ ਦੇ ਉੱਤੇ ਨਾ ਆਏ। ਤੁਸੀਂ ਪੂਰੀ ਸਾਈਡ ਜਿਹੜੀ ਹੈ ਬਿਲਕੁਲ ਪੈਨਲ ਫਿਟ ਹੋ ਕੇ ਤਿਆਰ ਹੋ ਚੁੱਕਿਆ ਹੈ। ਇਨਵਰਟਰ ਵੀ ਲੱਗ ਚੁੱਕਾ ਹੈ ਔਰ ਇਨਵਰਟਰ ਦੀ ਵਰਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਡਿਸਪਲੇ ਤੁਸੀਂ ਦੇਖ ਰਹੇ ਹੋ ਡਿਸਪਲੇ ਦੇ ਉੱਤੇ ਸ਼ਾਇਦ ਬਹੁਤਾ ਕਲੀਅਰ ਨਹੀਂ ਦਿਖਾ ਪਾਵਾ ਤੁਹਾਨੂੰ ਵੀਡੀਓ ਚ ਪਰ ਆਲਮੋਸਟਲੀ ਬੈਟਰੀ ਜਿਹੜੀ ਹੈ ਉਹ ਚਾਰਜ ਹੋ ਰਹੀ ਹੈ ਏਸੀ ਸਪਲਾਈ ਬਿਲਕੁਲ ਬੰਦ ਹੈ ਇਸ ਟਾਈਮ ਕਿਉਂਕਿ ਲਾਈਟ ਬੰਦ ਹੈ ਪਿੱਛੋਂ ਔਰ ਆਪਾਂ ਸੋਲਰ ਪੈਨਲ ਕਨੈਕਟ ਕਰਕੇ ਜਿੰਨੀ ਵੀ ਪਾਵਰ ਹੈ ਉਹ ਬੈਟਰੀਆਂ ਚ ਜਾ ਰਹੀ ਹੈ ਔਰ ਬੈਟਰੀਆਂ ਤੋਂ ਅੱਗੇ ਘਰ ਦੀ ਜਿਹੜੀ ਆਉਟਪੁੱਟ ਉਹ ਚੱਲ ਰਹੀ ਹੈ ਆਪਾਂ ਇਹਨੂੰ ਬਿਲਕੁਲ ਕੰਪਲੀਟ ਕਰ ਚੁੱਕੇ ਹਾਂ ਔਰ ਜਸਟ ਫਾਈਨਲ ਸੈਟਿੰਗ ਦੇ ਉੱਤੇ ਹੈ ਸਾਡਾ ਇਨਵਰਟਰ ਫਾਈਨਲ ਸੈਟਿੰਗ ਕਰ ਰਹੇ ਹਾਂ ਕਸਟਮਰ ਦੀ ਡਿਮਾਂਡ ਦੇ ਮੁਤਾਬਕ ਕਿਉਂਕਿ ਇੱਥੇ ਆਨ ਗ੍ਰਿਡ ਇਨਵਰਟਰ ਇਹ ਹੋਣਾ ਹੈ ਇੱਥੇ ਨੈਟ ਮੀਟਰ ਲੱਗਣਾ ਹੈ ਪਰ ਉਹਦੇ ਲਈ ਥੋੜਾ ਟਾਈਮ ਲੱਗੂਗਾ ਨੈਟ ਮੀਟਰ ਤੋਂ ਬਾਅਦ ਵੀ ਇਹਦਾ ਰਿਵਿਊ ਦਿਖਾਵਾਂਗੇ ਆਪਾਂ ਤੁਹਾਨੂੰ ਵੀਡੀਓ ਤੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਇਸੇ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਹਾਈਬ੍ਰਿਡ ਔਰ ਆਨ ਗ੍ਰਿਡ ਦੇ ਨਾਲ ਰਿਲੇਟਿਵ ਨੇ ਆਪਣੇ ਚੈਨਲ ਦੇ ਉੱਤੇ ਆਪਾਂ ਪਾਉਂਦੇ ਰਹਿੰਨੇ ਆ ਤੁਸੀਂ ਅਪਡੇਟ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਇੱਥੇ ਬੈਲ ਵਾਲਾ ਆਈਕਨ ਵੀ ਜ਼ਰੂਰ ਦਬਾ ਦਿਓ ਤਾਂ ਜੋ ਸਾਡੀ ਕੋਈ ਲੇਟੈਸਟ ਵੀਡੀਓ ਆਂਦੀ ਹੈ ਉਸ ਨੂੰ ਵੀ ਤੁਸੀਂ ਪਹਿਲਾਂ ਦੇਖ ਸਕੋ ਔਰ ਇਸ ਇਨਵਰਟਰ ਦਾ ਸੈਕਿੰਡ ਰਿਵਿਊ ਵੀ ਲੈ ਕੇ ਆਵਾਂਗੇ ਜਦੋਂ ਇਹਦੇ ਉੱਤੇ ਮੀਟਰ ਲੱਗ ਜਾਏਗਾ ਫਿਰ ਕਸਟਮਰ ਦਾ ਰਿਵਿਊ ਵੀ ਦਿਖਾਵਾਂਗੇ ਵੀ ਉਹਨਾਂ ਨੂੰ ਪਹਿਲਾਂ ਮੀਟਰ ਲੱਗਣ ਤੋਂ ਪਹਿਲਾਂ ਕੀ ਬੈਨੀਫਿਟ ਹੁੰਦਾ ਹੈ ਚੈਨਲ ਤੇ ਲਾਈਕ ਤੇ ਸਬਸਕ੍ਰਾਈਬ ਕਰਨ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਲਈ ਵੀ ਤੁਹਾਡਾ ਧੰਨਵਾਦ